ਸਤਿ ਸ਼੍ਰੀ ਅਕਾਲ ਜੀ ਇਸ ਵਕਤ ਅਸੀਂ ਮਿਊਨਿਕ ਦੇ ਵਿੱਚ ਜਿਹੜਾ ਟ੍ਰੇਡ ਫੇਅਰ ਹੈ ਵਪਾਰ ਮੇਲਾ ਲੱਗਿਆ ਹੋਇਆ ਉੱਥੇ ਆਏ ਹੋਏ ਹਾਂ ਦੁਨੀਆ ਦੀਆਂ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਕਿ ਐਗਰੋ ਇੰਡਸਟਰੀ ਨਾਲ ਸੰਬੰਧਿਤ ਨੇ ਪ੍ਰੋਸੈਸਿੰਗ ਨਾਲ ਸੰਬੰਧਿਤ ਨੇ ਕੁਝ ਆਇਲ ਸੀਡਸ ਨਾਲ ਸੰਬੰਧਿਤ ਨੇ ਕੁਝ ਕੰਪਨੀਆਂ ਟਰੈਕਟਰਾਂ ਦੇ ਜਾਂ ਕੰਬਾਈਨਾਂ ਦੇ ਪਾਰਟਸ ਬਣਾਉਂਦੀਆਂ ਨੇ ਸੋ ਬਹੁਤ ਸਾਰੀਆਂ ਕੰਪਨੀਆਂ ਇੱਥੇ ਇਸ ਟ੍ਰੇਡ ਫੇਅਰ ਦੇ ਵਿੱਚ ਆਪਣੇ ਆਪਣੇ ਸਟਾਲ ਲਾਏ ਨੇ ਉਹਨਾਂ ਨੇ ਅੱਜ ਸਾਡੀਆਂ ਬਹੁਤ ਸਾਰੀਆਂ ਕੰਪਨੀਆਂ ਨਾਲ ਗੱਲ ਵੀ ਹੋਈ ਹੈ ਅਤੇ ਉਹਨਾਂ ਨੂੰ ਅਸੀਂ ਪੰਜਾਬ ਆਉਣ ਦਾ ਸੱਦਾ ਦਿੱਤਾ ਅਤੇ ਉਹਨਾਂ ਨੇ ਵੀ ਇੰਟਰਸਟ ਦਿਖਾਇਆ ਕਿ ਅਸੀਂ ਇੰਡੀਆ ਦੇ ਵਿੱਚ ਆਉਣਾ ਚਾਹੁੰਦੇ ਹਾਂ ਕੁਝ ਕੰਪਨੀਆਂ ਇਹੋ ਜਿਹੀਆਂ ਨੇ ਜਿਹੜੀਆਂ ਕੋਈ ਬੈਂਗਲੌਰ ਹੈ ਪਹਿਲਾਂ ਉਹ ਆਪਣਾ ਇੰਡੀਆ ਦੇ ਵਿੱਚ ਜਿਹੜਾ ਵਪਾਰ ਹੈ ਉਹਨੂੰ ਐਕਸਟੈਂਡ ਕਰਨਾ ਚਾਹੁੰਦੀਆਂ ਨੇ ਵਧਾਉਣਾ ਚਾਹੁੰਦੀਆਂ ਨੇ ਤਾਂ ਉਹਨਾਂ ਨੂੰ ਅਸੀਂ ਪੰਜਾਬ ਆਉਣ ਦਾ ਸੱਦਾ ਦਿੱਤਾ ਅਤੇ ਬਹੁਤ ਅੱਛਾ ਲੱਗਿਆ ਕਿ ਇੰਟਰਨੈਸ਼ਨਲ ਟ੍ਰੇਡ ਫੇਅਰ ਜਿਹੜਾ ਚੱਲ ਰਿਹਾ ਉਹਦੇ 'ਚ ਅਸੀਂ ਆਏ ਹਾਂ ਅਤੇ ਪੰਜਾਬ ਦਾ ਅਸੀਂ ਪੱਖ ਇੱਥੇ ਰੱਖਿਆ ਅਤੇ ਪੰਜਾਬ ਦਾ ਜਿਹੜਾ ਐਟਮੋਸਫੀਅਰ ਹੈ ਪੰਜਾਬ ਦਾ ਵਰਕ ਕਲਚਰ ਹੈ ਪੰਜਾਬ ਦਾ ਜਿਹੜਾ ਕਲਚਰਲ ਜਿਹੜਾ ਉਹ ਹੈ ਪੰਜਾਬ ਇੱਕ ਐਗਰੇਰੀਅਨ ਸਟੇਟ ਹੈ ਪੰਜਾਬ 'ਚ ਇੰਡਸਟਰੀ ਵੀ ਆਵੇ ਸੋ ਸਭ ਕੁਛ ਅੱਜ ਕੱਲ੍ਹ ਜਿਹੜੀ ਐਗਰੀਕਲਚਰ ਉਹ ਵੀ ਬਹੁਤ ਵੱਡੀ ਇੰਡਸਟਰੀ ਬਣ ਰਹੀ ਹੈ ਅਤੇ ਉਹ ਸਾਰਿਆਂ ਨੇ ਬਹੁਤ ਸਾਰਾ ਇੰਟਰਸਟ ਦਿਖਾਇਆ ਬਾਕੀ ਸਾਰੇ ਵੇਰਵੇ ਆਉਣ ਵਾਲੇ ਦਿਨਾਂ 'ਚ ਅਸੀਂ ਤੁਹਾਨੂੰ ਦੱਸਦੇ ਰਹਾਂਗੇ ਸਤਿ ਸ਼੍ਰੀ ਅਕਾਲ